ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਰਿਲੀਜ਼ ਹੋਇਆ ਸੀ, ਜੱਟੀ ਜਿਉਣੀ ਮੋੜ ਦੀ ਬੰਦੂਕ ਵਰਗੀ, ਜਿਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਅੱਜ ਅਸੀਂ ਤੁਹਾਡੇ ਸਾਹਮਣੇ ਉਸ ਗੀਤ ਦੇ ਜਿਉਣੇ ਮੋੜ ਦੀ ਅਸਲ ਕਹਾਣੀ ਦੱਸਣ ਜਾ ਰਹੇ ਹਾਂ। ਉਮੀਦ ਹੈ ਇਸ ਗੀਤ ਦੀ ਤਰ੍ਹਾਂ ਤੁਸੀਂ ਉਸਦੇ ਅਸਲ ਜੀਵਨ ਨੂੰ ਵੀ ਬਹੁਤ ਪਸੰਦ ਕਰੋਗੇ। ਦਰਅਸਲ ਜਿਉਣੇ ਮੋੜ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਛੋਟੇ ਜਿਹੇ ਪਿੰਡ ਮੌੜ ਵਿੱਚ ਪਿਤਾ ਖੜਕ ਸਿੰਘ ਦੇ ਘਰ ਹੋਇਆ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਮਾਤਾ ਪਿਤਾ ਸਮੇਤ ਉਹਨਾਂ ਦਾ ਵੱਡਾ ਭਰਾ ਕਿਸ਼ਨਾ ਸੀ, ਜਿਸਨੇ ਆਪਣੀ ਜਵਾਨੀ ਤੋਂ ਹੀ ਚੌਧਰੀ ਅਹਿਮਦ ਡੋਗਰ ਨਾਮ ਦੇ ਵਿਅਕਤੀ ਨਾਲ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਕਿਸ਼ਨਾ ਡੋਗਰ ਨੂੰ ਆਪਣੇ ਸਕੇ ਭਰਾ ਤੋਂ ਵੀ ਵੱਧ ਮੰਨਦਾ ਸੀ, ਜਿਸ ਕਰਕੇ ਜੋ ਵੀ ਡਾਕੇ ਦੌਰਾਨ ਲੁੱਟਿਆ ਹੋਇਆ ਸਮਾਨ ਆਪਣੇ ਘਰ ਲਿਜਾਣ ਦੀ ਬਜਾਏ ਉਹ ਡੋਗਰ ਦੇ ਘਰ ਹੀ ਰੱਖ ਦਿੰਦਾ ਸੀ। ਲੁੱਟ ਦਾ ਭਾਰੀ ਸਮਾਨ ਇਕੱਠਾ ਹੋ ਜਾਣ ਤੋਂ ਬਾਅਦ ਚੌਧਰੀ ਡੋਗਰ ਦੀ ਨੀਅਤ ਖਰਾਬ ਹੋ ਗਈ ਤੇ ਉਸਨੇ ਬ੍ਰਿਟਿਸ਼ ਸਰਕਾਰ ਨਾਲ ਮਿਲ ਕੇ ਜਿਉਣੇ ਮੋੜ ਦੇ ਭਰਾ ਕਿਸ਼ਨੇ ਨੂੰ ਖਤਮ ਕਰਨ ਦੀ ਸਾਜਿਸ਼ ਰਚੀ। ਜਦੋਂ ਇੱਕ ਦਿਨ ਕਿਸ਼ਨਾ ਡੋਗਰ ਦੇ ਘਰ ਆਇਆ ਤਾਂ ਡੋਗਰ ਨੇ ਕਿਸ਼ਨੇ ਨੂੰ ਕਾਫੀ ਸ਼ਰਾਬ ਪਿਆ ਪੁਲਿਸ ਨੂੰ ਇਤਲਾਹ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਚੌਧਰੀ ਡੋਗਰ ਦੇ ਘਰ ਆ ਜਿਉਣੇ ਮੋੜ ਦੇ ਭਰਾ ਕਿਸ਼ਨੇ ਨੂੰ ਗ੍ਰਿਫਤਾਰ ਕਰ ਲਿਆ ਤੇ ਜਦੋਂ ਕਿਸ਼ਨੇ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਡੋਗਰ ਨੇ ਉਸਨੂੰ ਧੋਖਾ ਦਿੱਤਾ ਹੈ ਤਾਂ ਉਸਨੇ ਕਿਹਾ ਕਿ ਮੇਰਾ ਭਰਾ ਜਿਉਣਾ ਮੋੜ ਤੇਰੇ ਤੋਂ ਬਦਲਾ ਜ਼ਰੂਰ ਲਵੇਗਾ। ਕੁਝ ਦਿਨ ਬਾਅਦ ਚੌਧਰੀ ਡੋਗਰ ਨੂੰ ਡਰ ਲੱਗਣ ਲੱਗ ਗਿਆ ਕਿ ਕਿਤੇ ਕਿਸ਼ਨੇ ਦੀ ਕਹੀ ਗੱਲ ਸੱਚ ਹੋ ਗਈ ਤਾਂ ਜਿਉਣਾ ਮੋੜ ਉਸਨੂੰ ਆ ਕੇ ਮਾਰ ਦੇਵੇਗਾ। ਇਸ ਕਰਕੇ ਉਸਨੇ ਪੁਲਿਸ ਨੂੰ ਕਿਹਾ ਕਿ ਤੁਸੀਂ ਜਿਉਣੇ ਮੋੜ ਨੂੰ ਫੜ ਕੇ ਅੰਦਰ ਕਰ ਦਿਓ, ਜਿਸ ਤੋਂ ਬਾਅਦ ਪੁਲਿਸ ਵੱਲੋਂ ਜਿਉਣੇ ਮੋੜ ਨੂੰ ਕਿਸ਼ਨੇ ਦੀ ਘਰਵਾਲੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਤੇ ਉਹਨਾਂ ਉੱਪਰ ਲੁੱਟ ਦਾ ਸਮਾਨ ਲਕਾਉਣ ਦੇ ਆਰੋਪ ਲਾਏ। ਪੁਲਿਸ ਦੀ ਕੁੱਟਮਾਰ ਕਾਰਨ ਕਿਸ਼ਨੇ ਦੀ ਪਤਨੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਜਿਉਣਾ ਮੋੜ ਪੁਲਿਸ ਦੀ ਗ੍ਰਿਫਤ ਵਿੱਚੋਂ ਭੱਜ ਆਪਣੇ ਭਰਾ ਕਿਸ਼ਨੇ ਦੇ ਸਾਥੀਆਂ ਨਾਲ ਮਿਲ ਗਿਆ ਅਤੇ ਉਸਨੇ ਵੀ ਆਪਣੇ ਭਰਾ ਵਾਂਗ ਹੀ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। ਜਿਉਣੇ ਮੋੜ ਨੇ ਇਸ ਤੋਂ ਬਾਅਦ ਹਰ ਜਗ੍ਹਾ ਲੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਆਪਣੀ ਲੁੱਟ ਦੌਰਾਨ ਇਹ ਨਹੀਂ ਦੇਖਦੇ ਸੀ ਕਿ ਉਹ ਕਿਸ ਦੀ ਲੁੱਟ ਕਰ ਰਹੇ ਹਨ। ਇਸ ਤਰ੍ਹਾਂ ਇੱਕ ਦਿਨ ਉਹ ਮੰਦਿਰ ਵਿੱਚ ਵੀ ਡਾਕਾ ਮਾਰ ਰਹੇ ਸਨ ਤਾਂ ਉੱਥੋਂ ਦੇ ਪੁਜਾਰੀ ਨੇ ਉਹਨਾਂ ਨੂੰ ਰੋਕਿਆ ਤੇ ਕਿਹਾ ਕਿ ਇਹ ਮਾਤਾ ਦਾ ਮੰਦਿਰ ਹੈ, ਮੰਦਿਰ ਵਿੱਚ ਕੀਤੀ ਇਸ ਲੁੱਟ ਦਾ ਤੈਨੂੰ ਭਾਰੀ ਹਰਜਾਨਾ ਭਰਨਾ ਪੈ ਸਕਦਾ ਹੈ। ਉਸੇ ਸਮੇਂ ਜਿਉਣੇ ਨੇ ਉਸ ਪੁਜਾਰੀ ਦੀ ਗੱਲ ਮੰਨਣ ਦੀ ਜਗ੍ਹਾ ਉਸਨੂੰ ਮੰਦਾ ਚੰਗਾ ਬੋਲਿਆ ਤੇ ਉੱਥੋਂ ਦੀ ਸਾਰੀ ਧਨ ਦੌਲਤ ਲੁੱਟ ਕੇ ਆਪਣੇ ਨਾਲ ਲੈ ਗਿਆ। ਉਹ ਜੇ ਜੀਣਾ ਚਾਹੁੰਦਾ ਬਣਦਾ ਜੱਟ ਜੀਣਾ ਮੋੜ ਅੱਗੇ ਸਿਰ ਝੁਕਾ ਕੇ ਗੱਲ ਕਰ। ਚੱਲ ਓਏ ਆਪਣਾ ਕੰਮ ਕਰ, ਛੱਡ ਮਜੇ, ਚੱਲ ਓ ਲੰਘਿਆ ਆਇਆ ਸਰਦਾਰ। ਉਸ ਰਾਤ ਜਦੋਂ ਜਿਉਣਾ ਆਪਣੇ ਟਿਕਾਣੇ ਤੇ ਜਾ ਸੌਣ ਲੱਗਿਆ ਤਾਂ ਉਸਨੂੰ ਮਾਤਾ ਦਾ ਚੰਡੀ ਰੂਪ ਧਾਰਿਆ ਦਿਖਾਈ ਦਿੱਤਾ ਤੇ ਉਸਨੂੰ ਸਾਰੀ ਰਾਤ ਨੀਂਦ ਵੀ ਨਹੀਂ ਆਈ, ਜਿਸ ਤੋਂ ਬਾਅਦ ਉਸਨੂੰ ਅਹਿਸਾਸ ਹੋ ਗਿਆ ਕਿ ਉਸਨੇ ਬਹੁਤ ਵੱਡੀ ਗਲਤੀ ਕੀਤੀ ਹੈ। ਅਗਲੀ ਸਵੇਰ ਹੀ ਉਸ ਮੰਦਿਰ ਵਿੱਚੋਂ ਲੁੱਟੀ ਸਾਰੀ ਧਨ ਦੌਲਤ ਉੱਥੇ ਵਾਪਸ ਕਰਨ ਤੋਂ ਬਾਅਦ ਉਸਨੇ ਪ੍ਰਣ ਲਿਆ ਕਿ ਅੱਜ ਤੋਂ ਬਾਅਦ ਉਹ ਜੋ ਵੀ ਡਾਕਾ ਮਾਰੇਗਾ ਉਸ ਵਿੱਚੋਂ 10ਵਾਂ ਹਿੱਸਾ ਮਾਤਾ ਦੇ ਮੰਦਿਰ ਵਿੱਚ ਭੇਟ ਕਰੇਗਾ। ਜਿਉਣੇ ਮੋੜ ਦੀ ਇੱਕ ਵੱਡੀ ਖਾਸੀਅਤ ਇਹ ਵੀ ਸੀ ਕਿ ਉਹ ਹਮੇਸ਼ਾ ਗਰੀਬਾਂ ਦੀ ਮਦਦ ਲਈ ਅੱਗੇ ਹੀ ਰਹਿੰਦਾ ਸੀ। ਉਸਦਾ ਇੱਕ ਅਸੂਲ ਸੀ ਕਿ ਕਿਸੇ ਦੀ ਧੀ ਭੈਣ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਇਸ ਦੀ ਮਿਸਾਲ ਜਿਉਣੇ ਮੋੜ ਨੇ ਉਦੋਂ ਦਿਖਾਈ ਜਦੋਂ ਉਹ ਆਪਣੇ ਗਰੁੱਪ ਸਮੇਤ ਲੁੱਟ ਕਰਨ ਤੀਆਂ ਦੇ ਤਿਉਹਾਰ ਵਿੱਚ ਜਾਂਦੇ ਹਨ। ਤਾਂ ਉੱਥੇ ਮੌਕੇ ਤੇ ਮੌਜੂਦ ਸਾਰੀਆਂ ਲੜਕੀਆਂ ਦੇ ਗਹਿਣੇ ਲੁੱਟ ਇੱਕ ਪਰਨੇ ਵਿੱਚ ਇਕੱਠੇ ਕਰ ਲੈਂਦੇ ਹਨ। ਜਿਉਣਾ ਮੋੜ ਅਚਾਨਕ ਦੇਖਦਾ ਹੈ ਕਿ ਉਹਨਾਂ ਵਿੱਚੋਂ ਇੱਕ ਲੜਕੀ ਨੇ ਗਹਿਣੇ ਅਜੇ ਵੀ ਨਹੀਂ ਉਤਾਰੇ। ਜਦੋਂ ਉਹ ਉਸ ਲੜਕੀ ਨੂੰ ਗਹਿਣੇ ਉਤਾਰਨ ਦੀ ਧਮਕੀ ਦਿੰਦਾ ਹੈ ਤਾਂ ਉਹ ਲੜਕੀ ਜਿਉਣੇ ਮੋੜ ਨੂੰ ਲਾਣਤ ਪਾਉਂਦੀ ਹੈ ਕਿ ਲੋਕਾਂ ਦੀਆਂ ਧੀਆਂ ਭੈਣਾਂ ਦੇ ਗਹਿਣੇ ਲੁੱਟ ਕੇ ਤੂੰ ਆਪਣੇ ਆਪ ਨੂੰ ਵੱਡਾ ਸਰਦਾਰ ਕਹਾਉਣਾ ਹੈ। ਜਿਸ ਤੋਂ ਬਾਅਦ ਜਿਉਣੇ ਮੋੜ ਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਤੇ ਉਹ ਅਗਲੇ ਦਿਨ ਜਾ ਉਸਦੇ ਸਾਰੇ ਗਹਿਣੇ ਵਾਪਸ ਕਰਕੇ ਵਾਅਦਾ ਕਰਦਾ ਹੈ ਕਿ ਅੱਜ ਤੋਂ ਬਾਅਦ ਉਹ ਆਪਣੀ ਉਸ ਭੈਣ ਦੀ ਹਰ ਪਲ ਰੱਖਿਆ ਕਰੇਗਾ। ਮੈਨੂੰ ਗਲਤ ਨਾ ਸਮਝੀ ਭੈਣਾ, ਅੱਜ ਮੈਂ ਲੁੱਟਣ ਨਹੀਂ ਬਲਕਿ ਤੇਰਾ ਤੇ ਤੇਰੀਆਂ ਸਹੇਲੀਆਂ ਦਾ ਲੁੱਟਿਆ ਹੋਇਆ ਮਾਲ ਵਾਪਸ ਕਰਨ ਆਇਆ। ਮੇਰਾ ਇਸ ਦੁਨੀਆ ਤੇ ਕੋਈ ਨਹੀਂ। ਕੌਣ ਕਹਿੰਦਾ ਹੈ ਤੇਰਾ ਇਸ ਦੁਨੀਆ ਤੇ ਕੋਈ ਨਹੀਂ? ਦੇਖ ਮੈਂ ਹਾਂ ਨਾ ਤੇਰੀ ਭੈਣ ਪਾਲੋ। ਚੰਗਾ ਭੈਣਾ, ਸੁਹਾਗ ਸਲਾਮਤ ਰਹੇ ਤੇਰਾ।
ਇਹ ਕਹਿ ਜਿਉਣਾ ਮੋੜ ਵਾਪਸ ਆਪਣੇ ਟਿਕਾਣੇ ਤੇ ਪਰਤ ਰਿਹਾ ਹੁੰਦਾ ਹੈ ਕਿ ਰਸਤੇ ਵਿੱਚ ਜਿਉਣੇ ਮੋੜ ਨੂੰ ਇੱਕ ਵਿਅਕਤੀ ਮਿਲ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਉਹ ਕਾਲੇ ਪਾਣੀ ਦੀ ਜੇਲ੍ਹ ਵਿੱਚੋਂ ਸਜ਼ਾ ਕੱਟ ਕੇ ਵਾਪਸ ਆਇਆ ਹੈ ਜਿੱਥੇ ਉਸਦਾ ਭਰਾ ਕਿਸ਼ਨਾ ਵੀ ਸਜ਼ਾ ਕੱਟ ਰਿਹਾ ਹੈ। ਕਿਸ਼ਨੇ ਨੇ ਜਿਉਣੇ ਮੋੜ ਲਈ ਇੱਕ ਚਿੱਠੀ ਉਸ ਵਿਅਕਤੀ ਦੇ ਹੱਥ ਭੇਜੀ ਹੈ। ਉਹ ਇਹ ਵੀ ਦੱਸਦਾ ਹੈ ਕਿ ਉਸਦੇ ਭਰਾ ਕਿਸ਼ਨੇ ਦਾ ਜੇਲ੍ਹ ਵਿੱਚ ਬਹੁਤ ਬੁਰਾ ਹਾਲ ਹੈ। ਉਹ ਉੱਚੀ ਉੱਚੀ ਰੌਲਾ ਪਾਉਂਦਾ ਹੈ ਤੇ ਕੰਧਾਂ ਨਾਲ ਟੱਕਰਾਂ ਮਾਰਦਾ ਹੈ। ਜਿਸ ਤੋਂ ਬਾਅਦ ਜਿਉਣਾ ਮੋੜ ਉਦਾਸ ਹੋ ਜਾਂਦਾ ਹੈ ਤੇ ਉਸੇ ਸਮੇਂ ਚਿੱਠੀ ਨੂੰ ਪੜਾਉਣ ਲਈ ਆਪਣੇ ਪਿੰਡ ਦੇ ਇੱਕ ਸੇਠ ਕੋਲ ਜਾਂਦਾ ਹੈ। ਉਸ ਚਿੱਠੀ ਵਿੱਚ ਉਸਦਾ ਭਰਾ ਕਿਸ਼ਨਾ ਲਿਖਦਾ ਹੈ ਕਿ ਮੇਰੇ ਵਿੱਚ ਜਿਉਣ ਦੀ ਇੱਛਾ ਹੁਣ ਖਤਮ ਹੋ ਚੁੱਕੀ ਹੈ ਕਿਉਂਕਿ ਉਸ ਨੂੰ ਉਸਦੇ ਹੀ ਮਿੱਤਰ ਅਹਿਮਦ ਡੋਗਰ ਨੇ ਉਸ ਨਾਲ ਧੋਖਾ ਕਰ ਪੁਲਿਸ ਦੀ ਗ੍ਰਿਫਤ ਵਿੱਚ ਕਰਵਾਇਆ ਸੀ। ਉਸ ਨੂੰ ਹੁਣ ਉਮੀਦ ਹੈ ਕਿ ਉਸਦਾ ਭਰਾ ਜਿਉਣਾ ਮੋੜ ਆਪਣੇ ਭਰਾ ਨਾਲ ਕੀਤੀ ਗਦਾਰੀ ਦਾ ਬਦਲਾ ਜ਼ਰੂਰ ਲਵੇਗਾ। ਜਿਸ ਤੋਂ ਬਾਅਦ ਜਿਉਣਾ ਮੋੜ ਇੱਕ ਵਚਨ ਲੈਂਦਾ ਹੈ ਕਿ ਉਹ ਚੌਧਰੀ ਅਹਿਮਦ ਡੋਗਰ ਨੂੰ ਮਾਰ ਕੇ ਹੀ ਦਮ ਲਵੇਗਾ ਤੇ ਡੋਗਰ ਆਪਣੀ ਮੌਤ ਦੇ ਕਰਕੇ ਪੁਲਿਸ ਦਾ ਪਹਿਰਾ ਸਾਰੇ ਪਿੰਡ ਵਿੱਚ ਸਖ਼ਤ ਕਰਵਾ ਦਿੰਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਜਿਉਣਾ ਮੋੜ ਜ਼ਰੂਰ ਆਵੇਗਾ। ਜਦੋਂ ਜਿਉਣਾ ਮੋੜ ਆਉਂਦਾ ਹੈ ਤਾਂ ਉਸ ਨੂੰ ਡੋਗਰ ਦੀ ਗੋਲੀ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਹ ਪੁਲਿਸ ਤੋਂ ਬਚ ਆਪਣੀ ਭੈਣ ਦੇ ਘਰ ਲੁਕ ਜਾਂਦਾ ਹੈ। ਕੌਣ ਹੈ? ਬਾਲੋ ਵੀਰਾ, ਕੀ ਹੋਇਆ ਵੀਰਾ? ਮੇਰੀ ਗੋਲੀ ਲੱਗ ਗਈ ਹੈ ਬਾਲੋ। ਕਿੱਥੇ ਲੱਗੀ ਹੈ? ਇਸ ਤੋਂ ਬਾਅਦ ਜਿਉਣਾ ਮੋੜ ਉੱਥੋਂ ਭੱਜ ਕਿਸ਼ਨੇ ਦੇ ਘਰ ਵਾਲੀ ਨੂੰ ਜਾਨੋਂ ਮਾਰਨ ਵਾਲੇ ਥਾਣੇਦਾਰ ਨੂੰ ਮਾਰ ਕੇ ਬਦਲਾ ਲੈ ਲੈਂਦਾ ਹੈ। ਉਹ ਡੋਗਰ ਨੂੰ ਵੀ ਕਹਿੰਦਾ ਹੈ ਕਿ ਉਸਦੀ ਜ਼ਿੰਦਗੀ ਦੇ ਦਿਨ ਬਹੁਤ ਘੱਟ ਰਹਿ ਗਏ ਹਨ, ਜਲਦੀ ਹੀ ਜਿਉਣਾ ਮੋੜ ਉਸ ਨੂੰ ਖਤਮ ਕਰ ਦੇਵੇਗਾ। ਜਿਉਣੇ ਮੋੜ ਦੇ ਡਰ ਕਾਰਨ ਚੌਧਰੀ ਅਹਿਮਦ ਡੋਗਰ ਦੇ ਰਖਵਾਲੇ ਵਾਲੀ ਪੁਲਿਸ ਵੀ ਭੱਜ ਜਾਂਦੀ ਹੈ ਤੇ ਉਸਦੀ ਘਰ ਵਾਲੀ ਉਸ ਨੂੰ ਕਹਿੰਦੀ ਹੈ ਕਿ ਉਹ ਜਿਉਣੇ ਮੋੜ ਤੋਂ ਆਪਣੀ ਜ਼ਿੰਦਗੀ ਦੀ ਭੀਖ ਮੰਗ ਲਵੇ, ਉਹ ਉਸ ਨੂੰ ਜ਼ਰੂਰ ਬਖਸ਼ ਦੇਵੇਗਾ। ਪਰ ਉਹ ਇਸ ਲਈ ਰਾਜ਼ੀ ਨਹੀਂ ਹੁੰਦਾ। ਰੱਬ ਦੇ ਵਾਸਤੇ ਹੱਥ ਬੰਨ ਕੇ ਉਸ ਤੋਂ ਆਪਣੀ ਜ਼ਿੰਦਗੀ ਦੀ ਭੀਖ ਮੰਗ ਲਓ। ਕਦੇ ਸ਼ਹਿਤੂਤ ਦਾ ਪੇੜ ਵੀ ਤੂਫਾਨ ਨਾਲ ਡਿੱਗਿਆ, ਕਦੇ ਸ਼ੇਰ ਨੇ ਵੀ ਸ਼ਿਕਾਰੀ ਦੇ ਸਾਹਮਣੇ ਅੱਖਾਂ ਨੀਵੀਆਂ ਕੀਤੀਆਂ। ਅਖੀਰ ਇੱਕ ਦਿਨ ਉਹ ਸਮਾਂ ਆ ਜਾਂਦਾ ਹੈ ਜਦੋਂ ਜਿਉਣਾ ਮੋੜ ਚੌਧਰੀ ਡੋਗਰ ਦੇ ਘਰ ਆ ਕੇ ਕਹਿੰਦਾ ਹੈ ਕਿ ਉਹ ਸਾਹਮਣੇ ਆਵੇ, ਪਹਿਲਾ ਵਾਰ ਡੋਗਰ ਕਰੇ। ਜਿਸ ਤੋਂ ਬਾਅਦ ਚੌਧਰੀ ਡੋਗਰ ਦੋ ਵਾਰ ਕਰਦਾ ਹੈ ਤੇ ਦੋਵੇਂ ਵਾਰ ਹੀ ਖਾਲੀ ਨਿਕਲ ਜਾਂਦੇ ਹਨ। ਜਿਉਣਾ ਮੋੜ ਅਖੀਰ ਚੌਧਰੀ ਡੋਗਰ ਨੂੰ ਮਾਰ ਆਪਣੇ ਭਰਾ ਕਿਸ਼ਨੇ ਨਾਲ ਕੀਤੀ ਅਹਿਮਦ ਡੋਗਰ ਦੀ ਗਦਾਰੀ ਦਾ ਬਦਲਾ ਲੈ ਲੈਂਦਾ ਹੈ। ਇਸ ਤੋਂ ਬਾਅਦ ਜਿਉਣੇ ਮੋੜ ਦੇ ਸਾਥੀ ਉਸ ਨੂੰ ਕਹਿੰਦੇ ਹਨ ਕਿ ਉਸਨੇ ਜੋ ਸੁੱਖ ਸੁੱਖੀ ਸੀ ਉਹ ਚੌਧਰੀ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਣ ਤੋਂ ਬਾਅਦ ਮਾਤਾ ਦੇ ਸੋਨੇ ਦਾ ਛਤਰ ਜ਼ਰੂਰ ਚੜਾਵੇਗਾ ਤੇ ਹੁਣ ਉਹ ਇਹ ਛਤਰ ਚੜਾ ਆਪਣੀ ਸੁੱਖ ਪੂਰੀ ਕਰਾਵੇ ਤੇ ਇਹ ਡਾਕੂ ਵਾਲਾ ਕੰਮ ਵੀ ਛੱਡ ਦੇਵੇ। ਜਿਉਣਾ ਮੋੜ ਉੱਥੋਂ ਜਾਣ ਦੀ ਤਿਆਰੀ ਕਰਦਾ ਹੈ ਕਿ ਉਹਨਾਂ ਉੱਪਰ ਪੁਲਿਸ ਵੱਲੋਂ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਜਿਉਣੇ ਮੋੜ ਦੇ ਕਈ ਸਾਥੀ ਮਾਰੇ ਵੀ ਜਾਂਦੇ ਹਨ। ਜਿਸ ਤੋਂ ਬਾਅਦ ਉਹ ਇਕੱਲਾ ਹੀ ਸਾਧੂਆਂ ਵਾਲਾ ਭੇਸ ਬਣਾ ਮਾਤਾ ਦੇ ਛਤਰ ਚੜਾ ਰਿਹਾ ਹੁੰਦਾ ਹੈ ਕਿ ਉਸਨੂੰ ਇੱਕ ਪੁਲਿਸ ਵਾਲੇ ਨੇ ਉਸਦੇ ਇੱਕ ਨਿਸ਼ਾਨ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਹੀ ਜਿਉਣਾ ਮੋੜ ਹੈ। ਜਿਸ ਤੋਂ ਬਾਅਦ ਪੁਲਿਸ ਜਿਉਣੇ ਮੋੜ ਨੂੰ ਫੜਨ ਲਈ ਘੇਰਾਬੰਦੀ ਕਰ ਲੈਂਦੀ ਹੈ ਤਾਂ ਜਿਉਣਾ ਮੋੜ ਉੱਥੇ ਕਹਿੰਦਾ ਹੈ ਕਿ ਜੇ ਮਾਂ ਮੈਨੂੰ ਇੱਥੋਂ ਪੁਲਿਸ ਨੇ ਫੜ ਲਿਆ ਤਾਂ ਲੋਕ ਕਹਿਣਗੇ ਕਿ ਮਾਂ ਕੋਲ ਆਇਆ ਪੁੱਤਰ ਕਿਸੇ ਨੇ ਖੋਹ ਲਿਆ। ਜਿਉਣਿਆ, ਪੁਲਿਸ ਨੇ ਤੈਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਜੇ ਤੂੰ ਆਪਣੀ ਜ਼ਿੰਦਗੀ ਚਾਹੁੰਦਾ ਹੈ, ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇ। ਮਾਂ, ਜੇ ਅੱਜ ਮੈਂ ਪੁਲਿਸ ਦੇ ਹੱਥ ਆ ਗਿਆ, ਇਹ ਤਾਂ ਇਉਂ ਲੱਗੂ ਜਿਵੇਂ ਮਾਂ ਦੀ ਕੁੱਛੜ 'ਚ ਕੋਈ ਬੱਚਾ ਖੋਲੇ। ਤਾਂ ਅੱਗੋਂ ਆਵਾਜ਼ ਆਉਂਦੀ ਹੈ ਕਿ ਜਿਉਣੇ ਤੇਰੀ ਭਗਤੀ ਪੂਰੀ ਹੋਈ, ਤੂੰ ਇਸ ਪਹਾੜੀ ਤੋਂ ਛਾਲ ਮਾਰ ਵਾਰ ਪਿੱਛੇ ਮੁੜ ਕੇ ਨਾ ਦੇਖੀ, ਤੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਜਿਉਣਿਆ, ਤੇਰੀ ਭਗਤੀ ਪੂਰੀ ਹੋਈ ਮੇਰੇ ਸ਼ੇਰਾ, ਜਾ ਇਸ ਪਹਾੜੀ ਤੋਂ ਛਾਲ ਮਾਰ ਦੇ, ਪਰ ਪਿੱਛੇ ਮੁੜ ਕੇ ਨਾ ਦੇਖੀ, ਤੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਜਾ ਮੇਰੇ ਸ਼ੇਰਾ, ਜਾ।
ਇਹ ਸੁਣਨ ਤੋਂ ਬਾਅਦ ਜੋਨਾ ਮੁੜ ਉਸੇ ਸਮੇਂ ਪਹਾੜੀ ਤੋਂ ਛਾਲ ਮਾਰ ਦਿੰਦਾ ਹੈ। ਉਹ ਦੇਖਦਾ ਹੈ ਉਸਨੂੰ ਕੁਝ ਨਹੀਂ ਹੋਇਆ, ਜਿਸ ਤੋਂ ਬਾਅਦ ਉਹ ਆਪਣੇ ਸਾਧ ਵਾਲੇ ਬਸਤਰ ਵੀ ਉਤਾਰ ਦਿੰਦਾ ਹੈ ਤੇ ਪੁਲਿਸ ਵੱਲ ਪਿੱਛੇ ਮੁੜ ਕੇ ਦੇਖਦਾ ਹੈ, ਜਿੱਥੇ ਜੋਨਾ ਮੋੜ ਦੇ ਗੋਲੀ ਲੱਗਣ ਕਾਰਨ ਮੌਤ ਹੋ ਜਾਂਦੀ ਹੈ। ਜਿਸ ਜਗ੍ਹਾ ਤੇ ਜੋਨੇ ਮੋੜ ਦੀ ਮੌਤ ਹੋਈ ਸੀ, ਅੱਜ ਉਸੇ ਜਗ੍ਹਾ ਤੇ ਜੋਨੇ ਮੋੜ ਦੀ ਸਮਾਧ ਵੀ ਬਣੀ ਹੈ ਤੇ ਲੋਕ ਉੱਥੇ ਮੱਥਾ ਟੇਕਣ ਲਈ ਆਉਂਦੇ ਹਨ। ਇਹ ਸੀ ਸਿੱਧੂ ਮੂਸੇਵਾਲੇ ਦੇ ਗੀਤ ਜੱਟੀ ਜੋਨੇ ਮੋੜ ਦੀ ਬੰਦੂਕ ਵਰਗੀ ਦੇ ਅਸਲ ਜੋਨਾ ਮੋੜ ਦੀ ਜ਼ਿੰਦਗੀ ਦੀ ਕਹਾਣੀ। ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਤੁਹਾਨੂੰ ਜੋਨੇ ਮੋੜ ਦੀ ਜ਼ਿੰਦਗੀ ਦੀ ਇਹ ਕਹਾਣੀ ਕਿਵੇਂ ਲੱਗੀ ਅਤੇ ਇਸ ਤੋਂ ਬਾਅਦ ਅਗਲੇ ਹਫ਼ਤੇ ਤੁਸੀਂ ਕਿਸ ਦੀ ਜੀਵਨੀ ਦੇਖਣਾ ਚਾਹੋਗੇ। ਇਸ ਦੇ ਨਾਲ ਹਰ ਨਵੀਆਂ ਅਪਡੇਟਸ ਤੇ ਹੋਰ ਨਵੀਆਂ ਜੀਵਨੀਆਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।